कमाई देवी लागे पिंड पैंदा आ, उत्थों दतारपुर दे लागे एक गुजरां दे वाड़े दे विचों छुट के भज के आया। ये तुसीं ये तां करके लाइव जुड़ी आया होए आ भी वध तों वध शेयर करो भी इहदा पता लग सके ये कित्थों आ वीर। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੇ ਤੇ ਸਭ ਆਖੋ ਵੀ ਜਾਣਦੇ ਕਿ ਬਾਬੇ ਨਾਨਕ ਤੇ ਅਜਿਹੇ ਦੂਤ ਹੈ ਨੇ ਜੋ ਲੋਕ ਭਲਾਈ ਵਾਸਤੇ ਹਮੇਸ਼ਾ ਤਤਪਰ ਰਹਿੰਦੇ ਨੇ ਤੇ ਉਹਨਾਂ ਵਿੱਚੋਂ ਹੀ ਇੱਕ ਨਾਮ ਹੈ ਬਾਬਾ ਦੀਪ ਸਿੰਘ ਸੇਵਾ ਦਲ ਗੜ੍ਹਦੀਵਾਲ ਵਾਲੇ ਸਿੰਘਾਂ ਦਾ ਜੋ ਆਪਣੀ ਸੰਸਥਾ ਦੇ ਵਿੱਚ ਤਨ ਮਨ ਧਨ ਤੋਂ ਸਵੇਰ ਤੋਂ ਸ਼ਾਮ ਤੱਕ ਸੇਵਾ ਕਰਦੇ ਨੇ। ਜਿੱਥੋਂ ਵੀ ਖਬਰ ਮਿਲਦੀ ਹੈ ਉੱਥੋਂ ਹਰ ਗਰੀਬ ਗੁਰਬੇ ਨੂੰ ਚੱਕਣ ਵਾਸਤੇ ਪਹੁੰਚਦੇ ਨੇ, ਉਹਨਾਂ ਨੂੰ ਛਾਤੀ ਨਾਲ ਲਾਉਂਦੇ ਨੇ ਤੇ ਘਰ ਘਰ ਪਟਕਿਆਂ ਨੂੰ ਪਹੁੰਚਾਉਂਦੇ ਨੇ। ਇੱਕ ਅਜਿਹਾ ਹੀ ਵੀਰ ਜੋ ਗੁਜਰਾਂ ਦੇ ਧੱਕੇ ਚੜਿਆ ਹੋਇਆ ਸੀ ਤੇ ਗੁਜਰਾਂ ਦੇ ਜੰਗਲ ਵਿੱਚੋਂ ਕਿਸੇ ਤਰ੍ਹਾਂ ਛੁੱਟ ਕੇ ਉੱਥੋਂ ਭੱਜ ਆਇਆ, ਜਿਸ ਦੇ ਉੱਤੇ ਪਤਾ ਨਹੀਂ ਕਿੰਨੀ ਤਸ਼ੱਦਤ ਗੁਜਰਾਂ ਨੇ ਕੀਤੀ, ਕਿੱਦਾਂ ਬੰਧਵਾ ਮਜ਼ਦੂਰ ਬਣਾ ਕੇ ਇਸ ਨੂੰ ਰੱਖਿਆ ਗਿਆ ਸੀ, ਗੁਲਾਮ ਬਣਾ ਕੇ ਇਸ ਨੂੰ ਰੱਖਿਆ ਗਿਆ ਸੀ। ਤੇ ਹੁਣ ਇਹ ਵੀਰ ਬਾਬਾ ਦੀਪ ਸਿੰਘ ਸੇਵਾ ਦਲ ਦੇ ਕੋਲ ਪਹੁੰਚ ਗਿਆ ਹੈ, ਜੋ ਆਪਣਾ ਨਾਮ ਗੁਰਮੀਤ ਸਿੰਘ ਪਿੰਡ ਕਰਾਲੀ ਦੱਸਦਾ ਹੈ ਤੇ ਪਿਤਾ ਦਾ ਨਾਮ ਦਰਸ਼ਨ ਸਿੰਘ ਦੱਸਦਾ ਹੈ, ਜਿਸ ਦੀ ਅਸੀਂ ਪੂਰੀ ਤਰ੍ਹਾਂ ਪੁਸ਼ਟੀ ਨਹੀਂ ਕਰਦੇ, ਪਰ ਇੰਨਾ ਜ਼ਰੂਰ ਅਸੀਂ ਤੁਹਾਨੂੰ ਕਹਾਂਗੇ, ਬੇਨਤੀ ਕਰਾਂਗੇ ਹੱਥ ਬੰਨ ਕੇ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਆਪਣੇ ਪਰਿਵਾਰ ਤੋਂ ਜੁਦਾ ਹੋਇਆ ਇਹ ਪੁੱਤ ਆਪਣੇ ਪਰਿਵਾਰ ਤੱਕ ਪਹੁੰਚ ਸਕੇ ਤੇ ਬਾਬਾ ਦੀਪ ਸਿੰਘ ਸੇਵਾ ਦਲ ਵਰਗੀਆਂ ਸੰਸਥਾਵਾਂ ਦਾ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਵੱਧ ਚੜ੍ਹ ਕੇ ਸਾਥ ਦੇਵੇ ਤਾਂ ਜੋ ਅਜਿਹੀਆਂ ਸੇਵਾਵਾਂ ਹਮੇਸ਼ਾ ਬਾਦਸਤੂਰ ਜਾਰੀ ਰਹਿਣ। ਜੋਰਾਵਰ ਸਿੰਘ ਫਤਿਹ ਵਾਲਾ ਪੁੱਤ, ਵਾਹਿਗੁਰੂ ਜੀ ਕਾ ਖਾਲਸਾ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਪੰਜ ਸੜਕਾਂ ਤਾਲੀਵਾਲ ਵਾਲੇ ਨੇ ਬਣਵਾਈਆਂ, ਗਰੇਵਾਲ ਵਾਲੇ ਨੇ ਬਣਵਾਈਆਂ, ਬਾਗਾ ਵਾਲੀ ਵਾਲੇ ਨੇ ਬਣਵਾਈਆਂ, ਮਾਛੀ ਵਾਲੇ ਨੇ ਬਣਵਾਈਆਂ, ਟਾਪਰੀ ਵਾਲੇ ਨੇ ਬਣਵਾਈਆਂ, ਗੋਦੀ ਨੇ ਬਣਵਾਈ, ਚੱਕ ਵਾਲੇ ਨੇ ਬਣਵਾਈਆਂ, ਨਕੋਦਰ ਵਾਲੇ, ਨਕੋਦਰ ਜਲੰਧਰ ਹੁਸ਼ਿਆਰਪੁਰ ਬਿਆਸ ਵਾਲੇ ਵਿੱਚ। ਵਾਹਿਗੁਰੂ 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 ਜੀ ਕੀ ਫਤਿਹ। ਜੋੜੇ ਦੀ ਸੰਗਤ, ਹਾਂਜੀ ਵੀਰੋ, ਇੱਕ ਜ਼ਰੂਰੀ ਬੇਨਤੀ ਕਰਨੀ ਸੀ ਵੀ ਅੱਜ ਇੱਕ ਸਾਡਾ ਇੱਕ ਬਹੁਤ ਵੀਰ ਜਿੱਦਾਂ ਮਿਲਿਆ ਬਹੁਤ ਮਾੜੀ ਹਾਲਤ 'ਚ, ਕਮਾਈ ਦੇਵੀ ਲਾਗੇ ਪਿੰਡ ਪੈਂਦਾ ਆ, ਉੱਥੋਂ ਦਤਾਰਪੁਰ ਦੇ ਲਾਗੇ ਇਹ ਗੁਜਰਾਂ ਦੇ ਵਾੜੇ ਦੇ ਵਿੱਚੋਂ ਛੁੱਟ ਕੇ ਭੱਜ ਕੇ ਆਇਆ। ਇਹ ਤੁਸੀਂ ਇਹ ਤਾਂ ਕਰਕੇ ਲਾਈਵ ਜੁੜੀ ਆਇਆ ਹੋਏ ਹਾਂ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਵੀ ਇਹਦਾ ਪਤਾ ਲੱਗ ਸਕੇ ਇਹ ਕਿੱਥੋਂ ਆ ਵੀਰ। ਇਹ ਹੈਗਾ ਪੰਜਾਬੀ ਬੋਲਦਾ ਆ, ਆਪਣੇ ਬਾਰੇ ਦੱਸਦਾ ਵੀ ਆ ਵੀ ਮੈਂ ਵੀ ਜ਼ਿਮੀਂਦਾਰਾਂ ਦਾ, ਮੇਰੀ ਜ਼ਮੀਨ ਵੀ ਹੈਗੀ ਆ। ਪਿੰਡ ਕਿਹੜਾ? ਪਿੰਡ ਕਿਹੜਾ? ਕਰਾਲੀ। ਨਾਮ ਕੀ ਆ? ਹੈ ਗੁਰਮੀਤ ਨਾਮ ਦੱਸਦਾ, ਕਰਾਲੀ ਪਿੰਡ ਦੱਸਦਾ। ਤੇ ਮੇਰੇ ਵੀਰ ਵੱਧ ਤੋਂ ਵੱਧ ਇਸ ਵੀਡੀਓ ਨੂੰ ਉੱਥੇ ਦੇ ਕਰਾਲੀ ਦੇ ਜਿਹੜੇ ਹੈਗੇ ਆ ਉਹ ਸ਼ੇਅਰ ਜ਼ਰੂਰ ਕਰੋ, ਇਹਦਾ ਪਤਾ ਲੱਗ ਸਕੇ ਇਹ ਵੀਰ ਕਿੱਥੋਂ ਆ। ਦੇਖੋ ਅੱਗੇ ਤੁਸੀਂ ਸ਼ੇਅਰ ਕੀਤੀਆਂ ਸੀ, ਕਈ ਪਰਿਵਾਰਾਂ 'ਚ ਆਪਣੇ ਪਹੁੰਚ ਚੁੱਕੇ ਆ, ਇਸ ਟਾਈਮ ਘਰਾਂ ਦੇ ਵਿੱਚ ਜਾ ਚੁੱਕੇ। ਅੱਜ ਹੀ ਇੱਕ ਵੀਰ ਗਿਆ ਆ ਘਰ ਦੇ ਵਿੱਚ, ਆਪਣੇ ਲੈਣ ਆਏ ਸੀ ਬਿਹਾਰ ਦੇ ਵਿੱਚੋਂ, ਭੁਪਿੰਦਰ ਸਿੰਘ ਜਿਹੜਾ ਸੀਗਾ ਬਹੁਤ ਜਿੱਦਾਂ ਮਕੇਰੀਆਂ ਤੋਂ ਮਿਲਿਆ ਸੀਗਾ ਅਤੇ ਉਹ ਅੱਜ ਆਪਣੇ ਪਰਿਵਾਰ ਦੇ ਵਿੱਚ ਜਾ ਚੁੱਕਾ ਆ। ਅਤੇ ਇਸ ਕਰਕੇ ਬੇਨਤੀ ਆ ਇਹਨੂੰ ਵੀ ਵੱਧ ਤੋਂ ਵੱਧ ਗੁਰਮੀਤ ਨਾਮ ਦੱਸਦਾ, ਕਰਾਲੀ ਦੇ ਲਾਗੇ ਦੱਸਦਾ ਜੇ ਕੋਈ ਬਿੰਦ ਵੀਰ ਕੋਈ ਪਛਾਣਦਾ ਹੋਵੇ। ਅਤੇ ਡੈਡੀ ਦਾ, ਫਾਦਰ ਦਾ ਕੀ ਨਾਮ ਆ? ਪਿਤਾ ਦਾ ਹੈ ਕੀ ਨਾਮ? ਦਰਸ਼ਨ। ਦਰਸ਼ਨ। ਅਤੇ ਪਿੰਡ ਕਿਹੜਾ? ਕਰਾਲੀ ਦੱਸਿਆ ਸੀ, ਕੁਛ ਪਤਾ ਨੀ ਲੱਗ ਰਿਹਾ ਪੂਰਾ ਕਰਾਲੀ ਕਿਹੜਾ ਪਿੰਡ ਦੱਸਿਆ ਪੂਰਾ ਦਾਣਾ ਕਲੀਅਰ ਨਹੀਂ ਹਜੇ ਤੱਕ। ਇਹ ਸਿਰਫ ਕੋਈ ਵੀਰ ਵੀਡੀਓ ਵੱਧ ਤੋਂ ਵੱਧ ਸ਼ੇਅਰ ਹੋ, ਪੰਜਾਬ ਦੇ ਕੋਨੇ ਕੋਨੇ 'ਚ ਪਹੁੰਚੂਗੀ ਤਾਂ ਪਤਾ ਲੱਗਣਾ ਵੀ ਇਹਦਾ ਪ੍ਰੋਪਰ ਹੈ ਕਿੱਥੋਂ ਆ। ਅਤੇ ਇਸ ਕਰਕੇ ਵੱਧ ਤੋਂ ਵੱਧ ਸ਼ੇਅਰ ਕਰੋ। ਅਤੇ ਇਹ ਜਿਹੜੇ ਸਾਡੇ ਸਿੰਘ ਸਾਹਿਬ ਡੇਰਾ ਬਸੀ ਤੋਂ ਆਏ ਆ ਜਿਨ੍ਹਾਂ ਦੀ ਹਾਲਾਤ ਬਹੁਤ ਉਸ ਟਾਈਮ ਵੀ ਖਰਾਬ ਸੀ, ਹਜੇ ਤੱਕ ਵੀ 3-4 ਦਿਨ ਹੋ ਗਏ ਆ ਪਰ ਦਵਾਈ ਚੱਲ ਰਹੀ ਆ, ਪਰ ਹਜੇ ਤੱਕ ਟਾਈਮ ਲੱਗੂਗਾ ਅਤੇ ਥੋੜ੍ਹੇ ਕੁ ਦਿਨ ਲੱਗਣਗੇ ਠੀਕ ਹੋ ਜਾਣਗੇ। ਅਤੇ ਇਹਨਾਂ ਦੇ ਜਿਹੜਾ ਇੱਕ ਭੈਣ ਆ ਉਹਨਾਂ ਦਾ ਤਲਾਕ ਹੋ ਗਿਆ, ਜਿਹੜੀ ਮਾਤਾ ਕਿਡਨੀ ਦੀ ਪ੍ਰੋਬਲਮ ਘਰ ਦੇ ਵਿੱਚ ਸਾਂਭਣ ਲਈ ਕੁਛ ਨਹੀਂ ਸੀ, ਸੜਕਾਂ ਦੇ ਧੱਕੇ ਖਾਂਦੇ ਸੀ ਉੱਥੋਂ ਦੇ ਕੁਝ ਵੀਰਾਂ ਨੇ ਅਤੇ ਇੱਥੇ ਲਿਆ ਕੇ ਫਿਰ ਇਹਨਾਂ ਨੂੰ ਛੱਡ ਕੇ ਗਏ ਆ ਜਿੱਥੇ ਇਹਨਾਂ ਦੀ ਦੇਖਭਾਲ ਹੋਣੀ ਇੱਥੇ ਕੀਤੀ ਜਾਊਗੀ। ਅਤੇ ਸਾਡੇ ਸੁਰਿੰਦਰ ਬਾਬਾ ਜੀ ਪੰਨਵਾਂ ਤੋਂ ਜਿਹੜੇ ਕਈ ਵੀ ਕਹਿੰਦੇ ਸੀ ਜ਼ਰੂਰ ਉਹਨਾਂ ਦੇ ਦਰਸ਼ਨ ਕਰਾਇਓ, ਸੁਰਿੰਦਰ ਬਾਬਾ ਜੀ ਅਤੇ ਬਾਕੀ ਆ ਉਹ ਤੁਹਾਨੂੰ ਲੈਂਟਰ 'ਤੇ ਜਾ ਚੁੱਕੇ ਆ ਅਤੇ ਜਿਹੜੀ ਸ਼ਟਰਿੰਗ ਆ ਉਹ ਸ਼ੁਰੂ ਹੋ ਚੁੱਕੀ ਆ ਹੁਣੀ,
तो थोड़े कु दिनों के जोड़ा लेंटर की शुरुआत जी पैजूगी भीरो थोड़ा चिर लेट हो गया शटरिंग की प्रॉब्लम सी तो शटरिंग आ चुकी आ कल शटरिंग हो जानी 10 दिन के पूरे प्रोपर तौर पर लेंटर जोड़ा पैजूगा ये लंगर हाल आ भीरों तकरीबन 5000 स्केयर फुट ये बनना 8000 बनना 3000 स्केयर फुट वो बनना जिथे लैटरिन बाथरूम जोड़े बिच करते जिन्हों की एक रूम बखरा आ उन्होंने तो कहना ठेकेदार साहब इस ठेकेदार साहब आ जी जिन्हों ने ठेका लिया होया तो की समान चाहिए तो बेनती है सारे वीरां नूं काम थोड़ा जिहा अड़ गया जी आ समान की जरूरत आ जे वीर दे जिहड़ी सेवा करनी चाहुंदा आ चाहुंदे आ वो जरूर मेरिया वीरां भैणां अगे बेनती है जो कोई सेवा करनी चाहुंदा जरूर 30,000 इट चाहिए आ जी होर लोड आ सानूं पहलां 40,000 दे लगभग लग चुकी आ तो सीमेंट दी 600 बोरी चाहिए आ 600 बोरी सीमेंट की आ लेंटर लई चाहिए आ बाद प्लास्टर होना उधर भी लगना हजे तक 600 बोरी की लोड़ आ लेंटर पैना तो सरिया साढ़े कोल हैगा जी सरिए की सेवा वीर ने कर दिती आ तो साढ़े हरजीत वीर जी प्रताप वीर जी होर काफ़ी वीर ने जिहड़ी सरिए की जिहड़ी सेवा करती आ दविंदर वीर जी हुणी मूनका तो उन्होंने जिदा 150 बोरी की सेवा की उन्हें लै ली आ सेवा तो होर भी साढ़े गढ़दी वाला तो भी तो होर भी काफ़ी वीर ने जिदा हैल्प की ये पहुँचण से थले बहुत वीरों खर्चा आया जिमें नीह के चक्की आ सारा तो नीह के बहुत बड़े बड़े पिलर जोड़े दिते गए क्योंकि उपर भी असी जिदा 2-3 मंजिली छत सकते हैं तो कोई प्रॉब्लम नहीं नहीं तो रेंज चल जाए तो आ पिलर हूँ इधरले पासे आ किचन आ जितों आ बन रहा ये किचन आ स्टोर बनूगा जी तो बीबियां लिए कमरा बीबियां लिए हूँ तैयार कर देना उन्होंने अटैच बाथरूम कर देंगे थले बीबियां भैणा लिए क्योंकि हूँ साढ़े को 4 आ एक माता आ साड़िया 3 भैं आ तो उन्होंने जिदा जुदा कमरा एक हाल जरा कमरा एक जुदा पाना है तो ये बन रहा उत्थे स्टोर बन रहा इधर किचन बन रहा किचन साढ़े को अगर बहुत प्रॉब्लम सी तो आ हूँ लंगर हाल की बहुत प्रॉब्लम लंगर हाल भीरों इतने छका रहे हैं हूँ जोड़ा बेड़ा है तो प्रशादा उत्थे हूँ भैं साड़िया बना रही उदा बड़ा तंग सके पहला बहुत ज़्यादा लंगर हाल की बड़ी प्रॉब्लम सी तो इस करके तो लंगर हाल की सख्त लोड़ सी तो हूँ बेनती आ सारे वीर भैणों ये सानू आ समान की लौड़ आ जे मेरे वीर कोई भी हैल्प करना चाहता है वह कर सकता है पैसा नहीं तुम सीधा सानू समान लैके दे सकते हैं रेता सानू 28 सैकड़े चाहिए आ बजरी 28 सैकड़े 28 सैकड़े रेता बजरी चाहिए जे कोई रेता की सेवा करना चाहता बजरी की सेवा करना चाहता वह भी कर सकता है बजरी 28 सैकड़े बजरी चाहिए आ सानू रेता भी 28 सैकड़े दे करीबन करीब चाहिए है कोई भी मेरा वीर पैसे नहीं चाहिए तुम सीधा समान लैके सू दे सकते क्योंकि पैसा दिते भी असी भी समान ही लेना तुम सीधा सू समान लैके दे सकते हैं वीर जी पुछ रहे गगन कवात्रा वीर खालसा जी ता ऑफिस वीर जी साढ़ा ये सेवा घर आ जी गोरा आसरा सेवा घर पिंड बागा गढ़दी वाला लागे जिला हुशियारपुर जी बाकी जेडे वीर देख रहे 160 जने जरूर शेयर करो बद तो बद वीडियो वो जो वीर जरा वो जरा घर पहुँच सके अपने परिवार पंजाबी आ कि इदा ही गुम हो गया बेचारा घर के क्योंकि दिमागी प्रॉब्लम आनू ठीक नहीं है तो इवें ही उन्होंने प्रॉब्लम के कारण घरों निकल गया तो गांह तो गांह जाके किसी ने उन्होंने बंदी बना के रख लिया तो उतों जो दसदा भी आ मैं कि बनिया किमें आ मैं तुम फिर उन्होंने दर्शन करा तो वह दसदा भी आ मैं किमें बनिया किमें बन के रख किमें मैं मारते कुटते सके तो वह दसदा भी आ तो आओ मैं तुम एक बार फिर दर्शन करा मैं क्या वो सौ गया सौ तो नहीं गया हाँ मैं क्या बांधे कितने से गए बांधे कितना सी तेरे बांधे कितना सी दास बांधे बांधे कितना सी तेरे रस्सी कितना लाऊं देसी रस्सी रस्सी कितना लाऊं देसी इतने लाख तो नूं केंद्र रस्सी लाऊं देसी रात नूं बांधन देसी रात नूं उन दवाई खा दी है सौ जाना है ने दवाई दी दवाई मेडिसिन दी है जिमें नींद नहीं पूरी होंगी फिर इदा दिमागी तौर पर सलाते मारते कितने सी मारते मारते दसी कितने सी मारते कितने सी इतने मारते कहता मतलब हालात तुम भीर उ भी मार कटाई इन्नी करते जोड़ा बंदे का दौड़ भी हिम्मत नहीं पीती ये तो चलो यदि ठीक सी ए समझ सी माड़ी मोटी दौड़ की चलो दौड़ के आ गया नहीं तो कितने दौड़ हों कि कोई निकल सकता इन्हों के चुंगलों चो ये बंदे इवें बना कुट कुट के वो डर ही इन्ना मन च पाते भी वह बंदा दौड़ की कोई हिम्मत ही नहीं करता लम्मा पा तो दौड़ की कोई हिम्मत ही नहीं करता एक चलो यदि
ਕੁਝ ਸੀਗਾ ਜਦੋਂ ਬਚ ਕੇ ਆ ਗਏ ਜਾਨ ਹਨਾ ਜਸਵੀਰ ਦੀ ਮੱਕੇ ਦੀ ਕੁਰਬਾਨ ਦਿਓ ਖੁਨਿਆਣਾ ਮੰਡੀ ਸਤ ਭਾਈ ਜਗਤਾ ਜੀ ਦੀ ਸਤ ਭਾਈ ਜਗਤਾ ਗੁਰਦੁਆਰਾ ਨੇੜੇ ਇਹਦੀ ਹਾਲਤ ਹਵੇ ਤੱਕ ਜ਼ਿਆਦਾ ਖਰਾਬ ਆ ਵੀਰੋ ਥੋੜ੍ਹੇ ਚਿਰ ਲੱਗੂਗਾ ਕੁਰਬਾਨ ਦਿਓ ਅਤੇ ਬਾਕੀ ਕੋਈ ਜੇ ਕੋਈ ਮੇਰਾ ਵੀਰ ਸੇਵਾ ਹੋਸਪਿਟਲ ਦੇ ਵਿੱਚ ਕਰਨਾ ਚਾਹੁੰਦਾ ਹੋਸਪਿਟਲ 'ਚ ਵੀ ਤੁਸੀਂ ਸੇਵਾ ਕਰ ਸਕਦੇ ਆ ਹੋਸਪਿਟਲ ਦਾ ਵੀ ਬਿੱਲ ਬੇਬਸ ਹੋਸਪਿਟਲ ਟਾਂਡੇ ਦੇ ਵਿੱਚ ਸਾਡੇ ਉੱਥੇ ਸਾਰੇ ਇਲਾਜ ਚੱਲਦਾ ਹਜੇ ਤੱਕ ਵੀ 4 ਬੰਦੇ ਐਡਮਿਟ ਆ ਸਾਡੇ ਉੱਥੇ ਕੋਈ ਵੀ ਵੀਰ ਉੱਥੇ ਸੇਵਾ ਕਰਨਾ ਚਾਹੁੰਦਾ ਹੋਸਪਿਟਲ 'ਚ ਸਿੱਧੀ ਤੁਸੀਂ ਹੋਸਪਿਟਲ 'ਚ ਜਾ ਕੇ ਉੱਥੇ ਬਿੱਲ ਪੇ ਕਰ ਸਕਦਾ ਜਿੰਨੀ ਵੀ ਕਿਸੇ ਦੀ ਕੋਈ ਸ਼ਰਧਾ ਆ ਕੋਈ ਕੋਈ ਦੇਣਾ ਚਾਹੁੰਦਾ ਕੋਈ 100,000, 500 ਜਿੰਨਾ ਵੀ ਕਿਸੇ ਦੀ ਹਿੰਮਤ ਆ ਉਹ ਤੁਸੀਂ ਦੇ ਸਕਦੇ ਸਿੱਧਾ ਬੇਬਸ ਹੋਸਪਿਟਲ ਦੇ ਵਿੱਚ ਵੀ ਦੇ ਸਕਦੇ ਹੋ 5 ਲੱਖ ਤੋਂ ਉੱਪਰ ਖੜਾ ਜੀ ਬੇਬਸ ਹੋਸਪਿਟਲ ਦਾ ਸਾਡਾ ਅਤੇ ਭਰਾਵ ਹਾਂਜੀ ਭਰਾਵ ਹੱਸਦਾ ਵੀਰ ਓਏ 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 ਇੱਦਾਂ ਫੰਡ ਲਾ ਪਿਆ ਫੋਨ ਵੀ ਇੱਦਾਂ ਫੰਡ ਲਾ ਪਿਆ ਦਿਮਾਗ ਥੋੜ੍ਹਾ ਥੋੜ੍ਹਾ ਜਿਵੇਂ ਚੱਲਦਾ ਆ ਜਿਵੇਂ ਗੱਲ ਕਰੀਏ ਵੀ ਗੁੱਸਾ ਵੀ ਕਰ ਜਾਂਦਾ ਹੱਸ ਵੀ ਲੈਂਦਾ ਆ ਇੰਨਾ ਚਲੋ ਸਮਝਣ ਲੱਗ ਪਿਆ ਜਿਵੇਂ ਕਹਿੰਦੇ ਸੀ ਵੀ ਬਿਲਕੁਲ ਵੀ ਇਹਦਾ ਦਿਮਾਗ ਚੱਲਣਾ ਨਹੀਂ ਹੈਗਾ ਜਸ ਨੂੰ ਲਿਆਈ ਜਸ ਅਤੇ ਕਹਿੰਦੇ ਚੱਲਣੇ ਪ੍ਰਭ ਉਹ ਮੇਰਾ ਪੁੱਤ ਮੇਰਾ ਪੁੱਤ ਇੱਦਾਂ ਜਿੱਦਾਂ ਫੜਦਾ ਅਤੇ ਉੱਦਾਂ ਫੜਦਾ ਨਾ ਇੰਨਾ ਇੰਨਾ ਸਮਝ ਆ ਚੁੱਕੀ ਹੈ ਨਹੀਂ ਤਾਂ ਡਾਕਟਰ ਕਹਿੰਦੇ ਸੀ ਵੀ ਇੰਨਾ ਵੀ ਪਤਾ ਨਹੀਂ ਲੱਗਣਾ ਹਾਂ ਪੁੱਤ ਕੌਣ ਮਿੱਟੀ ਖਾਂਦਾ ਸੈਲਫੀ ਕਿੱਥੋਂ ਖਾਂਦਾ ਤੂੰ ਵੀ ਖਾਂਦਾ ਆ ਜੋਰਾਵਰ ਮਿੱਟੀ ਖਾਂਦਾ ਜੋਰਾਵਰ ਸਿੰਘ ਮਿੱਟੀ ਖਾਂਦਾ ਕੌਣ ਦੁੱਧ ਪੀਂਦਾ ਜੋਰਾਵਰ ਸਿੰਘ ਮਿੱਟੀ ਖਾਂਦਾ ਜਸ ਓਏ ਜਸ ਨੂੰ ਇਹਦੇ ਨਾਲ ਫਿਰ ਜਿੱਦਾਂ ਜਸ ਨੂੰ ਲੈ ਕੇ ਜਾਂਦਾ ਇਹ ਓਏ 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 ਦੇਖੋ ਜਸ ਵੀ ਸ਼ਰਾਰਤੀ ਬੜਾ ਹੋ ਗਿਆ ਬੜਾ ਤਬ ਦੇਈ ਫੜ ਕੇ ਮੁੜ ਕੇ ਫੜਾਈ ਮਾਰਦੇ ਚੱਕ ਕੇ ਜਸ ਮਾਰਦੇ ਚੱਕ ਕੇ ਪਰ ਸੁਣਦਾ ਨਹੀਂ ਇਹਨੂੰ ਜ਼ਿਆਦਾ ਹੈ ਨਾ ਕਾਪੀ ਨੂੰ ਆਇਆ ਕਾਪੀ ਨੂੰ ਦੇਖੋ ਖੜਾ ਹੋਣ ਲੱਗ ਪਿਆ ਤੁਰਨ ਲੱਗ ਪਿਆ ਨਹੀਂ ਤਾਂ ਕਿਸੇ ਟਾਈਮ ਕਹਿੰਦੇ ਸੀ ਦਾਦਕਿਆਂ ਅਤੇ ਨਾਨਕਿਆਂ ਦੇ ਗੱਭੇ ਰੁਲਦਾ ਸੀ ਦਾਦਕੇ ਕਹਿੰਦੇ ਅਸੀਂ ਨਹੀਂ ਰੱਖਣਾ ਨਾਨਕੇ ਕਹਿੰਦੇ ਅਸੀਂ ਨਹੀਂ ਰੱਖਣਾ ਮਾਂ ਦੀ ਡੈਥ ਹੋ ਗਈ ਸੀ ਜਦੋਂ ਹੀ ਜਨਮ ਦਿੱਤਾ ਮਾਂ ਨੇ ਉਹ ਡੈਥ ਹੋ ਗਈ ਅਤੇ ਬਾਪ ਜਿਹੜਾ ਉਹ ਬਾਪ ਜਿਹੜਾ ਇਹੋ ਜਿਹੇ ਬਾਪ ਵੀ ਹੁੰਦੇ ਆ ਜਿਹੜਾ ਉਹ ਛੱਡ ਕੇ ਚਲਾ ਗਿਆ ਇਹਨਾਂ ਦੀ ਇਹਦੀ ਮਾਂ ਛੱਡ ਕੇ ਚਲੀ ਸੀ ਪ੍ਰਭ ਨੂਰ ਦੀ ਇਹਦਾ ਜਿਹੜਾ ਉਹ ਬਾਪ ਜੀਂਦਾ ਸੀ ਉਹ ਛੱਡ ਕੇ ਜਾ ਚੁੱਕਾ ਫੜੀ ਸੈੱਟ ਨਾ ਲੱਗ ਜਾ ਜੋਰਾਵਰ ਨਹੀਂ ਪੁੱਤ ਨਹੀਂ ਉਹ ਨਹੀਂ ਨਹੀਂ ਜੋਰਾਵਰ ਇੱਦਾਂ ਪੁੱਤ ਨਹੀਂ ਇੱਧਰ ਅਤੇ ਓਏ ਪੱਲੇ ਅਤੇ ਜੁਰਾ ਮਤਲਬ ਗੱਭੇ ਰੁਲਦਾ ਸੀ ਨਾਨਕਿਆਂ ਅਤੇ ਦਾਦਕਿਆਂ ਦੇ ਗੱਭੇ ਰੁਲਦਾ ਸੀ ਇਹ ਅਤੇ ਦਾਦਕਿਆਂ ਨੇ ਦਾਦੀ ਨੇ ਇੱਕ 7 ਸਾਲ ਦੀ ਭੈਣ ਸੀ ਜਿਹੜੀ ਵੀਰੋ ਸਾਂਭਦੀ ਸੀ ਇਹਨੂੰ 7 ਸਾਲ ਦੀ ਭੈਣ ਇਹਨੂੰ ਜਸਪ੍ਰੀਤ ਨੂੰ ਸਾਂਭਦੀ ਸੀ ਅਤੇ ਉਹਨੂੰ ਕਿਸੇ ਨੇ ਦੱਸਿਆ ਗਰੀਬੀ ਸੀ ਘਰ ਦੇ ਵਿੱਚ ਵੀ ਬਿਸਕੁਟ ਜਿਹੜੇ ਗਿੱਲੇ ਕਰਕੇ ਜਿੱਦਾਂ ਦੁੱਧ ਦੇ ਵਿੱਚ ਜਾਂ ਚਾਹ 'ਚ ਦੇਣੇ ਉਹ ਵਿਚਾਰੀ ਪਾਣੀ 'ਚ ਭੇਂ ਭੇਂ ਬਿਸਕੁਟ ਦਿੰਦੀ ਸੀ ਉਹਦੇ ਨਾਲ ਪਾਣੀ 'ਚ ਭੇਂ ਭੇਂ ਬਿਸਕੁਟ ਦੇ ਨਾਲ ਜਿਹੜੇ ਅੰਦਰ ਗੁੱਠੇ 'ਚ ਵੱਜ ਗਏ ਸੀ ਤਾਂ ਇਹ ਮਰਨ ਲਈ ਜੇ ਅਸੀਂ ਕਹਿ ਦਈਏ ਵੀ ਮਰਨ ਲਈ ਛੱਡ ਦਿੱਤਾ ਸੀ ਦਾਦੀ ਨੇ ਵੀ ਇਹਦੀ ਉਮਰ ਨਹੀਂ ਹੈਗੀ ਇੰਨੇ ਨਹੀਂ ਬਚਣਾ ਹੈਗਾ ਵੀ ਇਹ ਪਹਿਲਾਂ ਹੀ ਹੈਗਾ ਇੱਦਾਂ ਦਾ ਤੁਰ ਤਾਂ ਪਹਿਲਾਂ ਹੀ ਨਹੀਂ ਹੁੰਦਾ ਸੀ ਤੁਰ ਤਾਂ ਪਹਿਲਾਂ ਹੀ ਨਹੀਂ ਹੁੰਦਾ ਸੀਗਾ ਅਤੇ ਫਿਰ ਆਪਣੇ ਤੁਰ ਤਾਂ ਸਕਦਾ ਨਹੀਂ ਸੀ ਨਾ ਉੱਠ ਸਕਦਾ ਸੀ ਨਾ ਬੈਠ ਸਕਦਾ ਸੀ ਅਤੇ ਸਾਨੂੰ ਤੱਕ ਖਬਰ ਪਹੁੰਚੀ ਚਲੋ ਅਸੀਂ ਉਸੇ ਟਾਈਮ ਗਏ ਫਿਰ ਜਾ ਕੇ ਉਹਦੇ ਹੱਸਦਾ ਹੱਸਦਾ ਲਾਡੀ ਕਹਿੰਦਾ ਓਏ ਓਏ ਲਾਡੀ ਬੜਾ ਪਿਆਰ ਜੁੜਾ ਸਾਰੇ ਇੱਥੇ ਪਿਆਰ ਦੇ ਨਾਲ ਓਏ ਅਤੇ ਤੁਰ ਪਹਿਲਾਂ ਹੀ ਨਹੀਂ ਸਕਦਾ ਸੀਗਾ ਉਸੇ ਟਾਈਮ ਫਿਰ ਇੱਕ ਅੱਖ ਜਿੱਦਾਂ ਇਨਫੈਕਸ਼ਨ ਨਾਲ ਪਹਿਲਾਂ ਨਹੀਂ ਇਹਦੀ ਬਣੀ ਜਿੱਦਾਂ ਕਿਉਂਕਿ ਦੋਨੇ ਤੀਵੀਂ ਆਦਮੀ ਦੇ ਲੜਾਈ ਦੇ ਵਿੱਚ ਇਹ ਵਿਚਾਰਾ ਉਦੋਂ ਗਰਭ ਦੇ ਵਿੱਚ ਜਿਹੀ ਲੜਾਈ ਝਗੜਾ ਰਹਿੰਦਾ ਸੀਗਾ ਤੀਵੀਂ ਆਦਮੀ ਦਾ ਇੱਦਾਂ ਹੀ ਫਿਰ ਇਹ ਵਿਚਾਰੇ ਦੇ ਇਨਫੈਕਸ਼ਨ ਦੇ ਨਾਲ ਮਾਂ ਨੂੰ ਇਨਫੈਕਸ਼ਨ ਹੋ ਗਈ ਜਨਮ ਦੇ ਕੇ ਉਹ ਆਪ ਪੂਰੀ ਹੋ ਗਈ ਅਤੇ ਇਹ ਵਿਚਾਰਾ ਇੱਦਾਂ ਹੀ ਕਰਦਾ ਰਿਹਾ ਵਿਚਾਰਾ ਰੁਲਦਾ ਰਿਹਾ ਸੜਕ ਉੱਥੇ ਘਰੇ ਅਤੇ ਫਿਰ ਇੱਦਾਂ ਹੀ ਸੜਕ 'ਤੇ ਇੱਦਾਂ ਹੀ ਵਿਚਾਰਾ ਰੁਲਦਾ ਰਿਹਾ ਜੋਰਾ ਭਾਈ ਇੱਧਰ ਹੋ ਜਾ ਪੁੱਤ ਅਤੇ ਇਹਦੇ ਰੁਲਦਾ ਰਿਹਾ ਸਾਡੇ ਤੱਕ ਖਬਰ ਪਹੁੰਚੀ ਚਲੋ ਅਸੀਂ ਗਏ ਉੱਥੋਂ ਜਾ ਕੇ ਅਸੀਂ ਗੱਲਬਾਤ ਕੀਤੀ ਅਤੇ ਉਹਨਾਂ ਨੇ ਸਾਨੂੰ ਦਾਦੀ ਕਹਿੰਦੀ ਮੇਰੇ ਤੋਂ ਨਹੀਂ ਸਾਂਭ ਹੁੰਦਾ ਵੀ ਇਹ ਥੋੜ੍ਹਾ ਚਿਰ ਹੀ ਹੈ ਇਹਦਾ ਹੈ ਨਾ ਵੀ ਬਚਣਾ ਇੰਨੇ ਹੈ ਨਹੀਂ ਗਾ ਇੱਦਾਂ ਉੱਦਾਂ ਇੱਦਾਂ ਬੋਲੇ ਚਲੋ ਮੈਂ ਕਿਹਾ ਨਹੀਂ ਸਾਨੂੰ ਦਿਓ ਤੁਸੀਂ ਹੈ ਨਾ ਅਸੀਂ ਉਸੇ ਟਾਈਮ ਲੈ ਕੇ ਹੋਸਪਿਟਲ ਐਡਮਿਟ ਕਰਾਇਆ 3 ਦਿਨ ਹੋਸਪਿਟਲ ਰਿਹਾ ਇਹ ਅਤੇ ਡਾਕਟਰ ਰਜਨੀਸ਼ ਹੋਸਪਿਟਲ ਹੁਸ਼ਿਆਰਪੁਰ ਉਹ ਕਹਿੰਦਾ ਸੀ ਵੀ ਬਚਣ ਦੇ ਕੋਈ ਚਾਂਸ ਨਹੀਂ ਹੈਗੇ ਪਰ ਦੇਖੋ ਪਰਮਾਤਮਾ ਦੀ ਜੇ ਕਹੀਏ ਵੀ ਗੁਰੂ ਸਾਹਿਬ ਨੇ ਇਸ ਘਰ ਦੇ ਵਿੱਚ ਸੇਵਾ ਘਰ ਦੇ ਵਿੱਚ ਗੁਰੂ ਸਾਹਿਬ ਹੀ ਵੱਸਦੇ ਆ ਇੱਥੇ ਸਾਰੀਆਂ ਤੁਹਾਡੇ ਵੀਰਾਂ ਦੀਆਂ ਜੋ ਵੀਰ ਸਾਡੇ ਨਾਲ ਜੁੜੇ ਹੋਏ ਅਰਦਾਸਾਂ ਬੇਨਤੀਆਂ ਕਰਦੇ ਅਤੇ ਉਹਨਾਂ ਨੇ ਉੱਥੇ ਫਿਰ ਹੋਸਪਿਟਲ ਦੇ ਵਿੱਚ ਐਡਮਿਟ ਰੱਖਿਆ 3 ਦਿਨ 3 ਦਿਨ ਤੋਂ ਬਾਅਦ ਫਿਰ ਬਿਲਕੁਲ ਜਿੱਦਾਂ ਉਹ ਠੀਕ ਥੋੜ੍ਹਾ ਥੋੜ੍ਹਾ ਹੋਣ ਲੱਗ ਪਿਆ ਟੋਇਲਟ ਚੱਲ ਪਈ ਅਤੇ ਟੋਇਲਟ ਹੋਣ ਦੇ ਨਾਲ ਫਿਰ ਬਹੁਤ ਅੰਦਰੋਂ ਗੰਦ ਨਿਕਲਿਆ ਇਨਫੈਕਸ਼ਨ ਕਹਿ ਦਈਏ ਉਹ ਨਿਕਲਿਆ
ਨੀਮਾ ਕਰਦੇ ਰਹੇ ਦੋ ਤਿੰਨ ਦਿਨ ਫਿਰ ਉਹ ਤੋਂ ਬਾਅਦ ਅੱਜ ਦੇਖੋ ਪਰਮਾਤਮਾ ਦੀ ਏਡੀ ਕਿਰਪਾ ਸੀ ਤੁਰਨ ਲੱਗ ਪਿਆ ਹੁਣ ਐਨ ਥੱਲੇ ਲਾਈ ਜਸ ਤੁਰਨ ਤੋਂ ਹੀ ਦੇਖੋ ਤੁਹਾਡੇ ਸਾਹਮਣੇ ਦੇਖੋ ਤੁਰਨ ਲੱਗ ਪਿਆ ਪਰ ਪੈਰ ਥੋੜ੍ਹੇ ਜਿਹੇ ਇਸ ਤਰੀਕੇ ਰੱਖਦਾ ਪਰ ਏਡੀ ਆ ਜਾ ਯਸ ਦੇਖੋ ਤੁਰਨ ਲੱਗ ਪਿਆ ਪਹਿਲਾਂ ਹੌਲੀ ਹੌਲੀ ਬੈਠਣ ਲੱਗਾ ਫਿਰ ਹੌਲੀ ਹੌਲੀ ਤੁਰਨ ਲੱਗਾ ਇੱਦਾਂ ਇੱਦਾਂ ਬੈਠਣ ਬੈਠਣ ਲੱਗਾ ਬੈਠ ਕੇ ਫਿਰ ਰੋਟੀ ਵੀ ਹੌਲੀ ਹੌਲੀ ਖਾਣ ਲੱਗਾ ਹੁਣ ਰੋਟੀ ਵੀ ਆਪ ਖਾ ਲੈਂਦਾ ਹੈਗਾ ਅਤੇ ਗੱਲ ਕਰੀਏ ਵੀ ਇਹ ਤੁਹਾਡੇ ਸਾਰੇ ਵੀਰਾਂ ਦੀਆਂ ਅਰਦਾਸਾਂ ਬੇਨਤੀਆਂ ਨਾਲ ਇਹ ਸੇਵਾ ਘਰ ਚੱਲ ਰਿਹਾ ਇੱਥੇ ਸਾਰੇ ਹੀ ਬਹੁਤ ਸੰਗਤ ਜਿਹੜੀ ਪਿਆਰ ਕਰਦੀ ਆ ਅਤੇ ਇਹਦੇ ਹਾਲਾਤ ਜਿਹੜੇ ਜ਼ਿਆਦਾ ਸੀਰੀਅਸ ਆ ਤੁਹਾਡੀ ਗਾਇਆਂ ਦਾ ਭਲਾ ਹੋ ਚੁੱਕਿਆ ਮੱਝਾਂ ਦਾ ਭਲਾ ਹੋ ਚੁੱਕਿਆ ਮੱਝ ਦਾ ਮੇਰੀ ਕਿਸੇ ਨੇ ਨਹੀਂ ਖਾਣਾ ਹੁਣ ਨਾ ਕੋਈ ਖਾਏਗਾ ਨਾ ਖਾਣ ਦੇਵਾਂਗਾ ਮੈਂ ਉਹਨਾਂ ਨੂੰ ਨਾ ਮੇਰੇ ਗੁਰੂ ਖਾਣ ਦੇਣਗੇ ਬਿਆਸ ਵਾਲੇ ਨਾ ਰਵਾਨੀ ਵਾਲੇ ਖਾਣ ਦੇਣਗੇ ਨਾ ਰਤਵਾੜਾ ਸਾਹਿਬ ਵਾਲੇ ਖਾਣ ਦੇਣਗੇ ਨਾ ਰਾੜਾ ਸਾਹਿਬ ਵਾਲੇ ਖਾਣ ਦੇਣਗੇ ਨਾ ਟੱਪੀਆਂ ਵਾਲੇ ਗੁਰੂ ਖਾਣ ਦੇਣਗੇ ਪਤਾ ਨਹੀਂ ਲੱਗ ਰਿਹਾ ਕੁਛ ਵੀ ਪਹਿਲਾਂ ਅਮਰਧਾਰੀ ਸਿੰਘ ਸੀ ਵੀਰੋ ਇਹ ਸਿੰਘ ਸੀ ਪੂਰਾ ਅਮਰਧਾਰੀ ਤੇ ਉਹਦੀ ਰੇੜੀ ਲਾਉਂਦਾ ਸੀ ਫਰੂਟਾਂ ਦੀ ਰੇੜੀ ਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ ਫਰੂਟਾਂ ਤੇ ਮਾਂ ਵਿਚਾਰੀ ਕਿਹੜੇ ਦੀ ਪ੍ਰੋਬਲਮ ਆ ਭੈਣ ਦਾ ਤਲਾਕ ਹੋ ਗਿਆ ਇੰਨੇ ਹਾਲਾਤ ਘਰ ਦੇ ਮਾੜੇ ਸੀ ਜਿਹੜਾ ਛੱਡ ਗੱਲਾਂ ਦੋ ਪਰ ਗੱਲ ਕਹਿ ਦਈਏ ਵੀ ਹਾਂ ਘਰ 'ਚ ਇਹੀ ਕਮਾਉਣੇ ਵਾਲਾ ਸੀ ਜਿਹੜਾ ਇਹੀ ਕਮਾਉਣੇ ਵਾਲਾ ਹਾਲਾਤ ਉੱਥੇ ਕਿਰਪਾਨ ਲੈ ਕੇ ਸੜਕਾਂ 'ਤੇ ਘੁੰਮਣ ਲੱਗ ਪਿਆ ਵੱਢਣ ਲੱਗ ਪਿਆ ਕਦੀ ਮਤਲਬ ਗੱਡੀਆਂ ਭਾਂਤੀਆਂ ਕਦੀ ਕੁਛ ਕਰਤਾ ਅਤੇ ਉੱਥੇ ਜਾ ਕੇ ਲੋਕਾਂ ਨੇ ਫਿਰ ਪੁੱਟਣਾ ਮਾਰਨਾ ਅਤੇ ਕਿਰਪਾਨ ਸ਼੍ਰੀ ਸਾਹਿਬ ਵੀ ਲਾ ਕੇ ਅਤੇ ਹਾਲਾਤ ਬਹੁਤ ਮਾੜੇ ਹੋ ਗਏ ਸੀਗੇ ਅਤੇ ਫਿਰ ਉੱਥੋਂ ਦੇ ਵੀਰ ਅਮਰਪਾਲ ਸਿੰਘ ਜੀ ਉਹ ਫਿਰ ਸਾਡੇ ਨਾਲ ਸੰਪਰਕ ਕੀਤਾ ਭਾਈ ਰਜਿੰਦਰ ਸਿੰਘ ਜੀ ਪ੍ਰਵਾਨਾ ਦੰਬੀ ਟਕਸਾਲ ਜਥਾ ਰਾਜਪੁਰਾ ਉਹਨਾਂ ਨੇ ਫਿਰ ਉਹਨਾਂ ਨਾਲ ਸੰਪਰਕ ਕਰਕੇ ਉਹਨਾਂ ਨੇ ਸਾਡੇ ਤੱਕ ਸੰਪਰਕ ਕੀਤਾ ਅਤੇ ਚਲੋ ਸਾਡੇ ਤੱਕ ਠੀਕ ਠਾਕ ਆ ਪਰ ਚਲੋ ਹੌਲੀ ਹੌਲੀ ਹੁਣ ਟਾਈਮ ਲੱਗੂ ਹੌਲੀ ਹੌਲੀ ਠੀਕ ਜ਼ਰੂਰ ਹੋ ਜਾਊਗਾ ਬਾਕੀ ਵੀਰਾਂ ਨੂੰ ਬੇਨਤੀ ਆ ਸੈਲਫੀ ਸਾਡਾ ਸੈਲਫੀ ਮੇਰਾ ਪੁੱਤ ਆ ਇਹ ਦੇਖੋ ਇਹ ਮੇਰਾ ਪੁੱਤ ਤਲਵੰਡੀ ਭਾਈ ਫਿਰੋਜ਼ਪੁਰ ਸਿਵਿਆਂ ਦੇ ਵਿੱਚੋਂ ਲੈ ਕੇ ਆਉਂਦਾ ਸੀ ਸਿੱਖ ਸਿਵਿਆਂ ਦੇ ਵਿੱਚੋਂ ਇਹਦਾ ਬਿਸਤਰਾ ਸੀਗਾ ਅਤੇ ਰਾਤ ਨੂੰ ਸਿਵਿਆਂ 'ਚ ਸੌਂਦਾ ਸੀ ਜਿਹਨੇ ਉਹਦੇ ਵਿੱਚ ਸ਼ਹਿਰ ਦੇ ਵਿੱਚ ਮੰਗ ਮੁੰਗ ਕੇ ਇੱਦਾਂ ਚਲੋ ਦਾਲ ਦੂਲ ਰੋਟੀ ਰਾਟੀ ਖਾ ਲੈਣੀ ਇਹਨੂੰ ਉਹਨਾਂ ਗਲਤ ਪਾਸੇ ਲਾ ਦਿੱਤਾ ਲੋਕਾਂ ਨੇ ਲੋਕ ਐਡੇ ਗੰਦੇ ਆ ਇਹਨੂੰ ਵੀ ਕਿਹਾ ਵੀ ਤੈਨੂੰ ਆਹ ਫੋਨ ਦੇ ਦੇਣਾ ਤੈਨੂੰ ਫੋਨ ਦੇ ਦੇਣਾ ਤੂੰ ਚੱਲ ਆਹ ਕੰਮ ਕਰਾਏ ਤੂੰ ਪੱਠੇ ਵਢਾਉਣੇ ਤੂੜੀ ਸਟਾਉਣੀ ਕਦੀ ਬਹੁਤ ਕੰਮ ਕਰਾਉਣੇ ਕਦੀ ਗਲਤ ਵੀ ਲੋਕ ਕੰਮ ਕਰਵਾ ਪਾਸੇ ਲਾ ਦਿੱਤਾ ਸੀ ਇਹਨੂੰ ਅਤੇ ਫੋਨ ਦੇ ਕੇ ਸਿਰਫ ਫੋਨ ਦੇ ਲਾਲਚ ਦੇ ਨਾਲ ਅਤੇ ਨਾ ਇਹਦਾ ਸੀਗਾ ਸੈਲਫੀ ਅਤੇ ਅਸੀਂ ਵੀ ਸੈਲਫੀ ਨਾ ਹੀ ਇਹਦਾ ਚੱਲਦਾ ਇੱਥੇ ਵੀ ਆਧਾਰ ਕਾਰਡ ਵੀ ਸੈਲਫੀ ਦੇ ਨਾਂ ਦਾ ਬਣਿਆ ਹੋਇਆ ਹਾਂ ਲੜਨਾ ਨਹੀਂ ਪੁੱਤ ਇਹ ਲੜਦੇ ਬਹੁਤ ਆ ਦੋਨੇ ਜਾਣੇ ਬਹੁਤ ਜ਼ਿਆਦਾ ਲੜਦੇ ਆ ਅਤੇ ਬਾਕੀ ਹਾਂ ਪੁੱਤ ਅਤੇ ਬਾਕੀ ਚਲੋ ਵੀਰੋ ਬੇਨਤੀ ਆ ਸਾਰਿਆਂ ਨੂੰ ਵੀ ਜਿਹੜੇ ਵੀਰ ਲੈਂਟਰ 'ਤੇ ਜਾ ਚੁੱਕਾ ਜੇ ਕੋਈ ਸੇਵਾ ਕਰਨੀ ਚਾਹੁੰਦਾ ਤੁਹਾਨੂੰ ਸਮਾਨ ਉੱਪਰ ਦੱਸਤਾ ਆ ਜ਼ਰੂਰ ਥੋੜ੍ਹੇ ਤੋਂ ਥੋੜ੍ਹਾ ਜ਼ਿਆਦਾ ਤੋਂ ਜ਼ਿਆਦਾ ਜਿੰਨੀ ਕੋਈ ਹੈਲਪ ਕਰ ਸਕਦਾ ਜਿਹਦੀ ਜਿੰਨੀ ਸ਼ਰਧਾ ਗੁੰਜਾਇਸ਼ ਆ ਉਹ ਤੁਸੀਂ ਜ਼ਰੂਰ ਹੈਲਪ ਮੇਰੇ ਵੀਰ ਜ਼ਰੂਰ ਕਰੋ ਅਤੇ ਅੰਦਰ ਕਰੋ ਮੈਂ ਕਿਹਾ ਅੰਦਰ ਕਰੋ ਹਾਂ 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 ਚਲੋ ਅੰਦਰ ਇਹ ਅੱਜ ਹੀ ਆਇਆ ਜਲਦੀ ਤਾਂ ਫਿਰ ਹਜੇ ਤੱਕ ਪ੍ਰੋਬਲਮ ਆਉਣੀ ਆ ਗਾੜਾ ਅਤੇ ਸਾਡਾ ਹੈਲਪਲਾਈਨ ਨੰਬਰ ਹੈ 9417-6895 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰਿਓ ਅੰਤ ਤਾਂ ਅਸੀਂ ਇਹੀ ਦੁਆ ਕਰਾਂਗੇ ਕਿ ਪਰਮਾਤਮਾ ਬਾਬਾ ਦੀਪ ਸਿੰਘ ਸੇਵਾ ਦਲ ਦੇ ਸਾਰੇ ਸਿੰਘਾਂ ਨੂੰ ਲੰਬੀ ਉਮਰ ਅਤੇ ਤੰਦਰੁਸਤੀ ਬਖਸ਼ੇ ਤਾਂ ਜੋ ਇਹ ਸੇਵਾ ਇਸੇ ਤਰ੍ਹਾਂ ਪਰਮਾਤਮਾ ਇਹਨਾਂ ਵੀਰਾਂ ਤੋਂ ਲੈਂਦਾ ਰਹੇ ਅਤੇ ਬਾਦਸਤੂਰ ਇਹ ਸੇਵਾ ਹਮੇਸ਼ਾ ਚੱਲਦੀ ਰਹੇ ਅਤੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਇਹੀ ਬੇਨਤੀ ਕਰਾਂਗੇ ਕਿ ਅਸੀਂ ਆਪਣੇ ਦਸਾਂਨੋਹਾਂ ਦੀ ਕਿਰਤ ਕਮਾਈ ਦਾ ਸੰਬੰਧ ਡੇਰਿਆਂ ਗੁਰੂਘਰਾਂ ਦੇ ਵਿੱਚ ਚੜ੍ਹਾਉਣਾ ਬੰਦ ਕਰੀਏ ਅਤੇ ਅਜਿਹੀਆਂ ਸੰਸਥਾਵਾਂ ਨੂੰ ਪਹੁੰਚਾਉਣਾ ਸ਼ੁਰੂ ਕਰੀਏ ਤਾਂ ਜੋ ਅਜਿਹੀਆਂ ਸੰਸਥਾਵਾਂ ਹੋਰ ਵੱਧ ਚੜ੍ਹ ਕੇ ਕੰਮ ਕਰਨ ਅਤੇ ਕਦੇ ਕਿਸੇ ਚੀਜ਼ ਦੀ ਕਮੀ ਅਜਿਹੀਆਂ ਸੰਸਥਾਵਾਂ ਨੂੰ ਨਾ ਆਵੇ ਉਮੀਦ ਕਰਦੇ ਤੁਸੀਂ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖੋਗੇ ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।